ਟਰੰਪ ਨੇ ਕਿਹਾ ਕਿ ਸਾਡੇ ਪੁਰਾਣੇ ਆਗੂਆਂ ਨੇ ਚੀਨ ਨਾਲ ਮਿਲ ਕੇ ਲੱਖਾਂ ਡਾਲਰਾਂ ਦੇ ਕਾਰੋਬਾਰ ਕਰਕੇ ਵੱਡੀ ਗਲਤੀ ਕੀਤੀ ਹੈ। ਚੀਨ ਸਿਰਫ ਗੱਲਾਂ ਕਰਦਾ ਹੈ, ਇਸ ਤੋਂ ਇਲਾਵਾ ਕੋਈ ਕਦਮ ਨਹੀਂ ਚੁੱਕਦਾ। ਉੱਤਰੀ ਕੋਰੀਆ ਵੱਲੋਂ ਕੀਤੇ ਮਿਜ਼ਾਈਲ ਟੈਸਟ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਕਿ ਸਾਰਾ ਅਮਰੀਕਾ ਟੈਸਟ ਦੇ ਦਾਇਰੇ ਵਿੱਚ ਸੀ। ਚੀਨ ਨੇ ਟੈਸਟ ਦੀ ਨਿੰਦਾ ਕਰਦੇ ਹੋਏ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ, ਪਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਚੀਨ ਦੇ ਜਵਾਬ 'ਤੇ ਗੁੱਸਾ ਦਿਖਾਇਆ। ਟਰੰਪ ਨੇ ਅਮਰੀਕਾ ਅਤੇ ਚੀਨ ਦੇ ਵਪਾਰ 'ਚ ਘਾਟੇ ਦਾ ਕਾਰਨ ਉੱਤਰੀ ਕੋਰੀਆ ਨਾਲ ਪਾਲਸੀ ਨੂੰ ਦੱਸਿਆ। ਇਸ ਸਾਲ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਚੀਨ ਦੇ ਸ਼ੀ ਜਿਨਪਿੰਗ ਨੇ ਉੱਤਰੀ ਕੋਰੀਆ ਦੇ ਸੰਬੰਧ ਵਿੱਚ ਮੁਲਾਕਾਤ ਵੀ ਕੀਤੀ ਸੀ। ਬਿਊਰੋ ਰਿਪੋਰਟ, KTV।